ਪੰਜਾਬੀ ਰੇਡੀਓ ਯੂ ਐੱਸ ਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂ ਐੱਸ ਏ ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦੇ ਲਈ ਜਿਹੜੇ ਆ ਜੀ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਪੰਜਾਬ ਅਤੇ ਭਾਰਤ ਦੀਆਂ ਕੀ ਖਬਰਾਂ ਦੇ ਪਿੱਛੇ ਛਿਪਿਆ ਹੁੰਦਾ ਆ ਉਹ ਜਿਹੜਾ ਜੀ ਸਾਨੂੰ ਦੱਸਦੇ ਨੇ ਬਲਤੇਜ ਪੰਨੂ ਜੀ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਹਰ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਕਾਲ ਕਰੋ। ਨੰਬਰ 408-272-2500। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ, ਗੁਰਜੀਤ ਸਿੰਘ ਚਾਮਪੁਰ, ਸਤਨਾਮ ਸਿੰਘ ਸ਼ੇਰਗਿੱਲ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408-722-9698, 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਧੂਰੀ ਜਿਹੜੀ ਜਿਮਣੀ ਚੋਣ ਆ, ਉਸ ਦੀ ਵਿੱਚ ਜਿਹੜੀਆਂ ਜੀ ਵੋਟਾਂ ਕੱਲ੍ਹ ਨੂੰ ਆ, ਅਤੇ 3-3 ਟੱਕਰ ਬਣੀ ਪਈ ਆ ਜੀ। 3-3 ਟੱਕਰ ਆਲਮੋਸਟ ਜਿਹੜੀ ਆ ਜੀ ਉਹ ਬਣ ਗਈ ਆ। ਬਿਲਕੁਲ, ਚੋਣ ਪ੍ਰਚਾਰ ਜਿਹੜਾ ਸੀਗਾ ਜੀ ਕੱਲ੍ਹ ਇੱਥੋਂ ਮੁਤਾਬਕ ਸ਼ਾਮੀ ਬੰਦ ਹੋ ਗਿਆ। ਜਿਹੜੀ ਦੋ ਧਿਰਾਂ ਨੇ ਜੀ ਉਹ ਅੱਡੀ ਚੋਟੀ ਦਾ ਜ਼ੋਰ ਇੱਥੇ ਲਾ ਰਹੀਆਂ ਨੇ। ਅਕਾਲੀ ਦਲ ਚਾਹੁੰਦਾ ਹੈ ਕਿ ਸੀਟ ਜਿੱਤ ਕੇ 59 ਜਿਹੜੇ ਮੈਂਬਰ ਨੇ ਉਹਦੇ ਹੋ ਜਾਣ, ਤੇ ਫਿਰ ਉਹਨੂੰ ਫੌੜੀਆਂ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਾ ਸਹਾਰਾ ਨਾ ਲੈਣਾ ਪਵੇ ਜੀ। ਕਾਂਗਰਸ ਦੇ ਗੱਲਾਂ ਤੋਂ ਤਰਸ ਰਹੀ ਹੈ ਕਿਸੇ ਜਿੱਤ ਦੇ ਵਾਸਤੇ। ਉਹ ਇਸ ਆਸ ਦੇ ਵਿੱਚ ਹੈ ਕਿ ਇਹ ਜਿਹੜੀ ਜਿੱਤ ਹੈ ਉਹ ਉਹਦੇ ਦੁਬਾਰਾ ਪੈਰ ਜਿਹੜੇ ਆ ਉਹ ਲਵਾ ਸਕਦੀ ਹੈ ਜੀ। ਸੋ ਜਿਹੜੀ ਤੀਜੀ ਧਿਰ ਉਭਰੀ ਆ ਜੀ ਉਹ ਹੈ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਹੋਰਾਂ ਦਾ, ਜਿਹੜਾ ਅਕਾਲੀ ਦਲ ਆ ਜੀ ਉਹਦੇ ਜਿਹੜੇ ਕਾਲਾ ਬੁੱਲ ਆ, ਕਿਉਂਕਿ ਉਹਨਾਂ ਦੇ ਉਭਰਨ ਦਾ ਇੱਕ ਜਿਹੜਾ ਪ੍ਰਮੁੱਖ ਕਾਰਨ ਆ ਉਹ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਉੱਥੇ ਉਮੀਦਵਾਰ ਜਿਹੜਾ ਜੀ ਆਪਣਾ ਖੜਾ ਨਾ ਕਰਨਾ, ਭਾਵ ਕਿ ਉਹਨਾਂ ਦੇ ਵੱਲੋਂ ਚੋਣ ਜਿਹੜੀ ਆ ਉਹ ਨਾ ਲੜਨੀ ਜੀ। ਕੋਈ 1.5 ਲੱਖ ਦੇ ਕਰੀਬ ਵੋਟਰ ਇੱਥੇ ਹੈਗੇ ਨੇ ਜੀ, ਔਰ 1,12,000 ਦੇ ਕਰੀਬ ਜਿਹੜੇ ਉਹ ਦਿਹਾਤੀ ਵੋਟਾਂ ਨੇ, ਭਾਵ ਕਿ ਪਿੰਡਾਂ ਦੀਆਂ ਵੋਟਾਂ ਨੇ। ਉਹਦੇ ਉੱਤੇ ਬਹੁਤਾ ਕੁਛ ਜਿਹੜਾ ਜੀ ਉਹ ਨਿਰਭਰ ਕਰੂਗਾ। ਸਵੇਰੇ 8 ਤੋਂ ਲੈ ਕੇ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਨਤੀਜਾ ਜਿਹੜਾ ਜੀ ਉਹ 15 ਅਪ੍ਰੈਲ ਨੂੰ ਇੱਥੇ ਜਿਹੜਾ ਜੀ ਉਹ ਆਊਗਾ ਜੀ ਜੀ। ਸੋ ਜਿਹੜੀਆਂ ਕੁਛ ਪੈਰਾਮਿਲਟਰੀ ਫੋਰਸਿਸ ਨੇ ਉਹ ਵੀ ਇੱਥੇ ਜਿਹੜੀਆਂ ਉਹ ਲਾਈਆਂ ਗਈਆਂ ਨੇ। ਮਾਈਕਰੋ ਅਬਜ਼ਰਵਰ ਜਿਹੜੇ ਨੇ ਉਹ ਵੀ ਲਾਏ ਗਏ ਨੇ। ਪਰ ਤੁਹਾਨੂੰ ਪਤਾ ਹੀ ਹੈ ਜੀ ਜਦੋਂ ਸੱਤਾਧਾਰੀ ਧਿਰ ਜਿਹੜੀ ਆ ਜੀ ਉਹ ਕਿਹੜੇ ਤਰੀਕੇ ਦੇ ਨਾਲ ਧੱਕਾ ਜਿਹੜਾ ਜੀ ਉਹ ਕਰਦੀ ਆ, ਉਹੋ ਜਿਹਾ ਧੱਕਾ ਹੋਣ ਦੀ ਆਸ ਹੈ। ਇੱਕ ਟਰੱਕ ਜਿਹੜਾ ਕਾਂਗਰਸੀਆਂ ਨੇ ਫੜਿਆ ਜਿਹਦੇ ਵਿੱਚ ਕੁਛ ਕਿੱਟਾਂ ਸਨ ਦੀ ਖੇਡਾਂ ਦੀਆਂ, ਉਹਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਫੋਟੋ ਸੀ ਉਹ ਲੱਗੀ ਹੋਈ ਸੀ। ਕਾਂਗਰਸੀਆਂ ਨੇ ਜਿਹੜਾ ਜੀ ਟਰੱਕ ਫੜਿਆ, ਇਹਦੇ ਬਾਰੇ ਉਹਨਾਂ ਨੇ ਭੇਜ ਜ਼ਰੂਰ ਦਿੱਤਾ ਜੀ ਜਿਹੜਾ ਚੋਣ ਕਮਿਸ਼ਨ ਆ। ਅਜੇ ਇਹਦੇ ਉੱਤੇ ਕੋਈ ਫੈਸਲਾ ਕਿਸੇ ਕਿਸਮ ਦਾ ਜਿਹੜਾ ਜੀ ਉਹ ਨਹੀਂ ਆਇਆ। ਭਾਰਤੀ ਜਨਤਾ ਪਾਰਟੀ ਜਿਹੜੀ ਕਿ ਅਕਾਲੀ ਦਲ ਦੀ ਸਹਿਯੋਗੀ ਪਾਰਟੀ ਆ ਜੀ, ਉਹ ਇਹਦੇ ਵਿੱਚੋਂ ਇਸ ਚੋਣ ਪ੍ਰਕਿਰਿਆ ਦੇ ਵਿੱਚੋਂ ਮੁਕੰਮਲ ਰੂਪ ਦੇ ਵਿੱਚ ਜਿਹੜੀ ਹੈ ਨਾ ਜੀ ਉਹ ਗਾਇਬ ਰਹੀ ਹੈ। ਸ਼ਾਇਦ ਉਹਦਾ ਇੱਕ ਜਿਹੜਾ ਪ੍ਰਮੁੱਖ ਰੀਜ਼ਨ ਇਹੀ ਆ ਕਿ ਉਹ ਵੀ ਤਾਂ ਨਹੀਂ ਨਾ ਚਾਹੂਗੀ ਕਿ ਉਹਨਾਂ ਦੀ ਜਿਹੜੀ ਕਦਰ ਆ ਜੀ ਉਹ ਘਟੇ ਵਿਧਾਨ ਸਭਾ ਦੇ ਵਿੱਚ। ਸੋ ਉਹ ਕਿੰਨਾ ਕੁ ਇਹਦੇ ਵਿੱਚ ਰੋਲ ਨਿਭਾਉਂਦੀ ਆ ਜੀ ਅੰਦਰ ਖਾਤੇ ਲੁਕਵੇਂ ਰੂਪ ਦੇ ਵਿੱਚ, ਉਹ ਵੇਖਣ ਵਾਲੀ ਗੱਲ ਹੋਊਗੀ। ਪਰ ਸਾਰੀਆਂ ਨਿਗਾਹ ਜਿਹੜੀਆਂ ਨੇ ਨਾ ਜੀ ਉਹ ਬੇਸ਼ੱਕ ਆਮ ਆਦਮੀ ਪਾਰਟੀ ਇੱਥੇ ਹੈ ਨਹੀਂ ਗੀ ਚੋਣ ਦੇ ਵਿੱਚ, ਪਰ ਉਹਦੀਆਂ ਵੋਟਾਂ ਦੇ ਉੱਤੇ ਨਿਗਾਹ ਜਿਹੜੀ ਆ ਜੀ ਉਹ ਰਹੂਗੀ ਕਿ ਉਹ ਕਿਹੜੇ ਪਾਸੇ ਵੱਲ ਭੁਗਤਦੀਆਂ ਨੇ ਜੀ। ਤੇ ਨਾਲੇ ਵੀ ਕਿਹਾ ਜਾਂਦਾ ਹੈ ਜੀ ਜਿਹੜੇ ਕਾਲਾ ਬੂਲਾ ਆ ਉੱਥੇ SGPC ਦੀ ਇਲੈਕਸ਼ਨ ਵੀ ਜਿੱਤੇ ਹੋਏ ਆ, ਸਰਪੰਚ ਵੀ ਰਹੇ ਨੇ, ਸੋ ਕਿਤੇ ਨਾ ਕਿਤੇ ਉਹ ਉੱਥੇ ਕਿਤੇ ਨਾ ਕਿਤੇ ਸਰਗਰਮ ਵੀ ਹੈਗੇ ਨੇ ਜੀ। ਸਰਗਰਮ ਤਾਂ ਉਹ ਹੈਗੇ ਆ ਜੀ, ਕੋਈ ਡਾਊਟ ਨਹੀਂ ਹੈ। ਪਰ ਇੱਦਾਂ ਹੈ ਕਿ ਜਿਹੜਾ ਤਕੜੇ ਦਹੀਂ ਦਲੀ ਜਿਹੜਾ ਮੁਕਾਬਲਾ ਜਦੋਂ ਭਾਰੂ ਹੋਵੇ ਜੀ ਫਿਰ ਉਹਦੇ ਵਿੱਚ ਆਈ ਥਿੰਕ ਜੇ ਉਹ ਤੀਜੀ ਧਿਰ ਦੇ ਵਜੋਂ ਉਭਰੇ ਨੇ ਜਾਂ ਤੀਜੀ ਧਿਰ ਬਣਾਈ ਹੈ, ਇਹ ਵੀ ਆਪਣੇ ਆਪ ਦੇ ਵਿੱਚ ਕੋਈ ਛੋਟੀ ਅਚੀਵਮੈਂਟ ਦੇ ਤੌਰ ਦੇ ਉੱਤੇ ਮੈਂ ਨਹੀਂ ਗਿਣਦਾ ਜੀ। ਮੇਰਾ ਖਿਆਲ ਚੰਗੀ ਅਚੀਵਮੈਂਟ ਜਿਹੜੀ ਆ ਉਹਨਾਂ ਨੇ ਖਾਸ ਤੌਰ ਦੇ ਉੱਤੇ ਪਿਛਲੇ ਕੁਛ ਦਿਨਾਂ ਦੇ ਦੌਰਾਨ ਆ ਕੇ ਆਪਣੀ ਚੋਣ ਮੁਹਿੰਮ ਜਿਹੜੀ ਆ ਜੀ ਉਹ ਭਖਾਈ ਆ। ਪਰ ਫਿਰ ਮੈਂ ਕਹੂੰਗਾ ਜੀ ਕਿ ਬਹੁਤ ਹੀ ਜਿਹੜੀ ਟੇਕ ਆ ਜੀ ਉਹ ਆਮ ਆਦਮੀ ਦੀਆਂ ਪਾਰਟੀ ਦੀਆਂ ਵੋਟਾਂ ਦੇ ਉੱਤੇ ਜਿਹੜੀ ਆ ਜੀ ਉਹ ਰਹੂਗੀ। ਕਿਉਂਕਿ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ 2 ਦਿਨ ਮੈਂ ਇੱਥੇ ਧੂਰੀ ਦੇ ਵਿੱਚ ਗਿਆ ਸੀਗਾ, ਜਿਹੜੇ ਲੋਕ ਨੇ ਨਾ ਜੀ ਉਹ ਬਿਲਕੁਲ ਜਿਹੜੀ ਉਹਨਾਂ ਦੀ ਖਿੱਚ ਆ ਉਹ ਜ਼ਰੂਰ ਦਿਸ ਰਹੀ ਹੈ ਸੱਤਾਧਾਰੀ ਧਿਰ ਦੇ ਵਿਰੋਧ ਦੇ ਵਿੱਚ। ਪਰ ਬਾਕੀ ਜਿਹੜਾ ਜੀ ਇਹਦੇ ਦੇਖਣਾ ਪਊਗਾ ਕਿ ਵੋਟਾਂ ਦੇ ਰੂਪ ਦੇ ਵਿੱਚ ਕੀ ਨਿਕਲਦਾ ਜੀ, ਕੀ ਨਿਕਲਦਾ ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਹਾਈ ਕੋਰਟ ਆ ਉਹਨਾਂ ਨੇ ਇੱਕ ਅਹਿਮ ਫੈਸਲਾ ਲਿਆ। ਕੁੜੀਆਂ ਜਿਹੜਾ ਕਿ ਵਿਆਹ ਕਰਾਉਂਦੀਆਂ ਨੇ ਭੱਜ ਕੇ, ਉਹਨਾਂ ਨੂੰ ਕਹਿੰਦੇ ਆ ਜੀ ਘਰ 'ਚ ਕੈਦ ਨਹੀਂ ਕਰ ਸਕਣਗੇ। ਬਿਲਕੁਲ, ਐਕਚੁਲੀ ਇਹ ਮਾਮਲਾ ਜਿਹੜਾ ਜੀ ਅੱਜ ਦਾ ਨਹੀਂ, ਇਹ ਕਾਫੀ ਦੇਰ ਦਾ ਜਿਹੜਾ ਜੀ ਚੱਲਦਾ ਰਹਿੰਦਾ। ਜਿਹੜਾ ਆਪਾਂ
ਕਈ ਵਾਰੀ ਜਿਹੜੇ ਕਤਲ ਕੀਤੇ ਜਾਂਦੇ ਨੇ ਜੀ, ਉਹਨਾਂ ਦੇ ਮਾਮਲੇ ਜਿਹੜੇ ਅਣਖ ਦੀ ਖਾਤਰ ਜਿਹੜਾ ਜੀ ਉਹ ਕਤਲ ਕੀਤੇ ਜਾਂਦੇ ਨੇ। ਇੱਦਾਂ ਦਾ ਹੀ ਇੱਕ ਮਾਮਲਾ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜੀ ਪਿਛਲੇ ਦਿਨਾਂ ਤੋਂ ਚੱਲ ਰਿਹਾ ਸੀਗਾ, ਮਹੇਸ਼ ਗਰੋਵਰ ਨੇ ਜਿਹਨਾਂ ਨੇ ਇੱਕ ਫੈਸਲਾ ਬੜਾ ਅਹਿਮ ਜਿਹੜਾ ਜੀ ਸੁਣਾਇਆ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਜਿਹੜੀਆਂ ਲੜਕੀਆਂ ਘਰੋਂ ਭੱਜ ਕੇ ਵਿਆਹ ਕਰਵਾਉਂਦੀਆਂ ਨੇ ਉਹਨਾਂ ਦੀ ਜਿਹੜੀ ਆਜ਼ਾਦੀ ਆ ਉਹਨੂੰ ਖੋਇਆ ਨਹੀਂ ਜਾ ਸਕਦਾ। ਉਹਨਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀਆਂ ਧਾਰਾ 19 ਤੇ 21 ਜਿਹੜੀਆਂ ਨੇ ਉਹ ਉਹਨਾਂ ਨੂੰ ਪੂਰਨ ਆਜ਼ਾਦੀ ਜਿਹੜੇ ਉਹ ਦਿੰਦੀਆਂ ਨੇ। ਐਕਚੁਲੀ ਇਹ ਜਿਹੜਾ ਮਾਮਲਾ ਹੈ ਜੀ ਕਿਸੇ ਇੰਡੀਵਿਜੁਅਲ ਦੇ ਤੌਰ ਦੇ ਉੱਤੇ ਨਹੀਂ, ਬਲਕਿ ਜਲੰਧਰ ਦੇ ਵਿੱਚ ਅਧਾਰਤ ਜੀ ਗਾਂਧੀ ਵਨੀਤਾ ਆਸ਼ਰਮ ਦੇ ਵਿੱਚ ਡੱਕੀਆਂ ਇਸ ਤਰ੍ਹਾਂ ਦੀਆਂ ਮੁਟਿਆਰਾਂ ਜਿਹੜੀਆਂ ਨੇ ਉਹਨਾਂ ਨੂੰ ਆਜ਼ਾਦ ਕਰਨ ਦੇ ਹੁਕਮ ਦਿੱਤੇ ਨੇ, ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਰਜ਼ਾਮੰਦੀ ਤੋਂ ਬਿਨਾਂ ਵਿਆਹ ਜਿਹੜੇ ਉਹ ਕਰਵਾਏ ਨੇ ਜੀ। ਜਿਹੜੇ ਜਸਟਿਸ ਗਰੋਵਰ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਮੁਟਿਆਰਾਂ ਦੀ ਨਿੱਜੀ ਆਜ਼ਾਦੀ ਜਿਹੜੀ ਆ ਜੀ ਉਹ ਖੋਈ ਗਈ ਆ, ਜਦੋਂ ਕਿ ਉਹਨਾਂ ਨੇ ਕਿਹਾ ਕਿ ਬਹੁਤੀਆਂ ਕੁੜੀਆਂ ਜਿਹੜੀਆਂ ਉਹ ਹੁਣ ਉਦੋਂ ਨਾਬਾਲਗ ਸਨ ਜਦੋਂ ਵਿਆਹ ਹੋਏ, ਪਰ ਹੁਣ ਤਾਂ ਕੁਛ ਇੱਕ ਦੇ ਜਿਹੜੇ ਉਹ ਬੱਚੇ ਵੀ ਹੈਗੇ ਨੇ। ਉਹਨਾਂ ਨੇ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਕਰਾਉਣ ਦੇ ਸਮਾਜਿਕ ਨਿਯਮਾਂ ਦੇ ਨਾਲ ਟੱਕਰ ਲੈਣ ਕਰਕੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸੁਰੱਖਿਅਤ ਘਰਾਂ ਦੇ ਵਿੱਚ ਕਿਉਂ ਜਿਹੜਾ ਦੀ ਉਹ ਡੱਕਿਆ ਹੋਇਆ। ਹੁਣ ਇਹ ਕਿਉਂਕਿ ਜਦੋਂ ਹਾਈਕੋਰਟ ਦਾ ਫੈਸਲਾ ਜੀ, ਜਦੋਂ ਹਾਈਕੋਰਟ ਦਾ ਕੋਈ ਫੈਸਲਾ ਇਸ ਤਰ੍ਹਾਂ ਦਾ ਆਉਂਦਾ ਤੇ ਉਹ ਨਿਰਸੰਦੇਹ ਕਾਨੂੰਨ ਜਿਹੜਾ ਅੱਗੋਂ ਜਿਹੜਾ ਉਹ ਬਣ ਜਾਂਦਾ। ਸੋ ਇਸ ਕਰਕੇ ਜਿਹੜੇ ਹੁਣ ਡੱਕਣਗੇ ਉਹਨਾਂ ਦੇ ਖਿਲਾਫ਼ ਜਿਹੜਾ ਜੀ ਇਹ ਅਦਾਲਤੀ ਮੁਕੱਦਮੇ ਜਿਹੜੇ ਨੇ ਉਹ ਹੋ ਸਕਦੇ ਨੇ ਜੀ ਦਰਜ। ਜੀ ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੋਦੀ, ਪ੍ਰਧਾਨ ਮੰਤਰੀ ਮੋਦੀ ਆ ਇੱਕ ਵਾਰੀ ਫੇਰ ਵਿਦੇਸ਼ੀ ਦੌਰੇ ਦੇ ਉੱਤੇ ਜਾ ਰਹੇ ਨੇ ਜੀ। ਬਿਲਕੁਲ, ਪਿੱਛੇ ਦੇ ਇੱਥੇ ਇੱਕ ਚੁਟਕਲਾ ਵੀ ਚੱਲਦਾ ਸੀਗਾ ਜੀ ਵੀ ਜਦੋਂ ਨਰਿੰਦਰ ਮੋਦੀ ਹੋਰੀ ਦੌਰੇ ਤੋਂ ਪਰਤੇ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਰੀ ਗੁਲਦਸਤਾ ਲੈ ਕੇ ਮੂਹਰੇ ਖੜੇ ਸੀਗੇ ਜੀ ਏਅਰਪੋਰਟ ਦੇ ਉੱਤੇ, ਤੇ ਉਹਨਾਂ ਨੇ ਥੋੜੀ ਜਿਹੀ ਗੱਲ ਉਹਨਾਂ ਦੇ ਨਾਲ ਕੀਤੀ। ਕਹਿੰਦੇ ਪੁੱਛਿਆ ਕੀ, ਕਹਿੰਦਾ ਸੁਸ਼ਮਾ ਸਵਰਾਜ ਹੋਰਾਂ ਨੇ ਇਹ ਪੁੱਛਿਆ ਵੀ ਮੋਦੀ ਸਾਹਿਬ ਇਹ ਤਾਂ ਦੱਸ ਦਿਓ ਵਿਦੇਸ਼ ਮੰਤਰੀ ਕੌਣ ਹੈ ਜੀ, ਵਿਦੇਸ਼ ਮੰਤਰੀ ਤਾਂ ਕਿਤੇ ਜਾਂਦਾ ਨੀ, ਪ੍ਰਧਾਨ ਮੰਤਰੀ ਜਿਹੜੇ ਮੁੜਦੇ ਨੀ ਜੀ। ਸੋ ਇਹ ਇੱਕ ਗੱਲ ਜਿਹੜੀ ਪਾਰਲੀਮੈਂਟ ਦੇ ਵਿੱਚ ਭਗਵੰਤ ਮਾਨ ਹੋਰਾਂ ਨੇ ਵੀ ਉਠਾਈ ਸੀਗੀ ਕਿ ਘਰ ਵਾਪਸੀ ਵਾਲਾ ਮੁੱਦਾ ਬਹੁਤ ਭਖਿਆ ਹੋਇਆ। ਉਹ ਕਹਿੰਦੇ ਸਾਡੇ ਪ੍ਰਧਾਨ ਮੰਤਰੀ ਦੀ ਘਰ ਵਾਪਸੀ ਦਾ ਕਰਾ ਦੋ, ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜੇ ਦੌਰੇ ਦੇ ਉੱਤੇ ਜਿਹੜੇ ਉਤਰੇ ਰਹਿੰਦੇ ਨੇ। ਹੁਣ ਫਿਰ 9 ਦਿਨਾਂ ਦੇ ਦੌਰੇ ਦੇ ਉੱਤੇ ਜਿਹੜੇ ਉਹ ਚਲੇ ਗਏ ਨੇ। ਉਹਨਾਂ ਨੇ ਕਿਹਾ ਕਿ ਸਿਵਲ ਪਰਮਾਣੂ ਊਰਜਾ ਰੱਖਿਆ ਖੇਤਰ ਦੇ ਵਿੱਚ ਜਿਹੜਾ ਜੀ ਉਹਨਾਂ ਨੇ ਇਨਵੈਸਟਮੈਂਟ ਜਿਹੜੀ ਆ ਉਹ ਲੈ ਕੇ ਆਉਣੀ ਹੈ। ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਫਰਾਂਸ ਪਹੁੰਚੇ ਆ ਜੀ, ਪੈਰਿਸ ਦੇ ਵਿੱਚ ਉਹ ਪਹੁੰਚ ਗਏ ਆ, ਉੱਥੇ ਦੇ ਰਾਸ਼ਟਰਪਤੀ ਫ੍ਰਾਂਸਿਸ ਓਲਾਂਦ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਹੋਣਗੀਆਂ। ਸਿਵਲ ਪਰਮਾਣੂ ਊਰਜਾ ਰੱਖਿਆ ਦੇ ਵਪਾਰ ਦੇ ਮੁੱਦੇ ਜਿਹੜੇ ਨੇ ਉਹ ਵਿਚਾਰੇ ਜਾਣਗੇ। ਇੱਥੇ ਇੱਕ ਜਿਹੜੀ ਅਹਿਮ ਗੱਲ ਇਹ ਹੋਊਗੀ ਜੀ ਕਿ ਜਿਵੇਂ ਪਹਿਲਾਂ ਚਾਹ ਦੇ ਉੱਤੇ ਚਰਚਾ ਕੀਤਾ ਸੀਗਾ, ਇੱਥੇ ਕਿਸ਼ਤੀ ਦੇ ਵਿੱਚ ਜਿਹੜਾ ਉਹ ਚਰਚਾ ਕਰਨਾ ਉਹਨਾਂ ਨੇ, ਤੇ ਦੋਨੋਂ ਜਾਣੇ ਜਿਹੜੇ ਨੇ ਉਹ ਕਿਸ਼ਤੀ ਝੂਟਣਗੇ। ਤੇ ਫਰਾਂਸ ਯਾਤਰਾ ਦੇ ਦੌਰਾਨ ਉਹ ਪਹਿਲੀ ਸੰਸਾਰ ਜੰਗ ਦੀ ਯਾਦਗਾਰ ਦੇ ਉੱਤੇ ਜਿਹੜੇ ਜਾ ਕੇ ਭਾਰਤੀ ਜੰਗੀ ਸ਼ਹੀਦ ਸੀ ਉਹਨਾਂ ਨੂੰ ਸ਼ਰਧਾਂਜਲੀਆਂ ਵੀ ਭੇਟ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਜੀ ਜਾਣਾ ਹੈਗਾ ਜਰਮਨੀ, ਔਰ ਸ਼ਾਇਦ ਸਭ ਤੋਂ ਵੱਧ ਜਿਹੜਾ ਚਰਚਿਤ ਰਹੂਗਾ ਉਹਨਾਂ ਦਾ ਦੌਰਾ ਉਹ ਕੈਨੇਡਾ ਵਾਲਾ ਰਹੂਗਾ ਜੀ। ਸੋ ਦੇਖਦੇ ਹਾਂ ਜੀ ਕੈਨੇਡਾ ਦੇ ਵਿੱਚ ਜਦੋਂ ਦੌਰੇ ਦੇ ਵਿੱਚ ਆਉਂਦੇ ਨੇ ਇਹੋ ਜਿਹੇ ਵਿਰੋਧ ਦਾ ਜਿਹੜਾ ਜੀ ਉਹਨਾਂ ਨੂੰ ਇੱਥੇ ਕੈਨੇਡਾ ਦੇ ਵਿੱਚ ਸਾਹਮਣਾ ਕਰਨਾ ਪੈਂਦਾ। ਦੋ ਵਿਅਕਤੀ ਕੈਨੇਡਾ ਦੇ ਵਿੱਚ ਇਕੱਠੇ ਹੋਣਗੇ ਜੀ, ਇੱਕ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਜਿਹੜੇ ਕਿ ਜਿਹੜਾ ਕਾਰਪੋਰੇਟ ਜਿਹੜੇ ਲੋਕ ਨੇ ਜੀ ਉਹਨਾਂ ਦੇ ਸਭ ਤੋਂ ਵੱਡੇ ਨੁਮਾਇੰਦੇ ਕਹੇ ਜਾਂਦੇ ਨੇ ਜੀ, ਕਿ ਉਹ ਕਾਰਪੋਰੇਟ ਅਦਾਰਿਆਂ ਨੂੰ ਵੀ ਪ੍ਰਚਾਰ ਦੇ ਨੇ, ਤੇ ਦੂਜੇ ਪਾਸੇ ਕਾਰਪੋਰੇਟ ਅਦਾਰਿਆਂ ਦੇ ਪਿਛਲਾਗ ਜਿਹੜੇ ਨੇ ਜੀ ਉਹ ਉੱਥੇ ਸ਼ਾਮਿਲ ਹੋਣਗੇ। ਸੋ ਦੋਨੋਂ ਜਾਣੇ ਜਿਹੜੇ ਨੇ ਜੀ ਦੇਖਦੇ ਆ ਮਜ਼ਦੂਰਾਂ ਦਾ ਹੋਰ ਕਿੰਨਾ ਘਾਣ ਕਰਦੇ ਨੇ। ਜੀ ਜੀ ਬਿਲਕੁਲ, ਕੈਨੇਡਾ ਵਾਲੇ ਦੌਰੇ ਦੇ ਉੱਤੇ ਵਿਸ਼ੇਸ਼ ਜਿਹੜੀ ਅੱਖ ਸਾਰਿਆਂ ਦੀ ਰਹੇਗੀ ਇਹਨਾਂ ਦੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੁਲਿਸ ਦੇ ਦਬਕਿਆਂ ਤੋਂ ਡਰਦਿਆਂ 2 ਜਾਣਿਆਂ ਦੀ ਜਾਨ ਗਈ। ਇਹ ਪਟਿਆਲੇ ਦੇ ਵਿੱਚ ਜਿਹੜਾ ਹੋਇਆ ਜੀ, ਇੱਥੇ ਇੱਕ ਵਿਅਕਤੀ ਜਿਹਦੇ ਉੱਤੇ ਉਹਦੇ ਨੇੜਲਿਆਂ ਨੇ ਕੋਈ ਦੋਸ਼ ਲਾ ਦਿੱਤਾ ਸੀਗਾ ਕਿ ਉਹਨਾਂ ਦਾ ਸੋਨਾ ਜਿਹੜਾ ਜੀ ਉਹਨੇ ਚੋਰੀ ਜਿਹੜਾ ਜੀ ਕਰ ਲਿਆ ਜੀ ਜੀ। ਤੋ ਇਹ ਵਿਅਕਤੀ ਨੂੰ ਵਾਰ ਵਾਰ ਜਿਹੜਾ ਜੀ ਪੁਲਿਸ ਚੌਂਕੀ ਦੇ ਵਿੱਚ ਸੱਦਿਆ ਗਿਆ ਸੀਗਾ, ਔਰ ਅਮਨਪ੍ਰੀਤ ਇਹਦਾ ਨਾਮ ਜਿਹੜਾ ਜੀ ਦੱਸਿਆ ਜਾਂਦਾ, ਇੱਥੇ ਨੇੜੇ ਪਿੰਡ ਆ ਖੇੜੀ ਜੱਟਾਂ, ਉੱਥੇ ਉੱਥੋਂ ਦਾ ਇਹ ਰਹਿਣ ਵਾਲਾ ਸੀਗਾ। ਜਦੋਂ ਇਹਨੂੰ ਵਾਰ ਵਾਰ ਉੱਥੇ ਚੌਂਕੀ ਦੇ ਵਿੱਚ ਸੱਦਿਆ ਜਾ ਰਿਹਾ ਸੀ ਤਾਂ ਰਿਸ਼ਤੇਦਾਰਾਂ ਦੇ ਸਾਹਮਣੇ ਇਹਨੇ ਆਪਣੀ ਬੇਇੱਜ਼ਤੀ ਜਿਹੜੀ ਜੀ ਉਹ ਮਹਿਸੂਸ ਕੀਤੀ ਕਿ ਵਾਰ ਵਾਰ ਸੱਦਿਆ ਜਾ ਰਿਹਾ। ਇਹ ਵੀ ਕਿਹਾ ਜਾ ਰਿਹਾ ਕਿ ਇਹਦੇ ਪਰਿਵਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਔਰਤ ਉਹਦੇ ਉੱਤੇ ਦੋਸ਼ ਲਾ ਰਹੀ ਹੈ ਕਿ ਉਹਦਾ ਜਿਹੜਾ ਜੀ ਸੋਨਾ ਚੁੱਕ ਲਿਆ, ਉਹਨਾਂ ਨੇ ਕਿਹਾ ਸੀਗਾ ਕਿ ਜੇ ਉਹ ਗੁਰਦੁਆਰੇ ਜਾ ਕੇ ਸਹੁੰ ਖਾ ਲਏ ਤੇ ਅਸੀਂ ਆਪਣਾ ਪਲੋਟ ਜਿਹੜਾ ਉਹ ਵੇਚ ਕੇ ਇਹਨੂੰ ਪੈਸੇ ਦੇ ਦਿੰਦੇ ਹਾਂ। ਪਰ ਜਿਹੜੀ ਔਰਤ ਸੀ ਉਹ ਇਸ ਗੱਲ ਦੇ ਉੱਤੇ ਨਾ ਮੰਨੀ, ਤੇ ਜਦੋਂ ਪੁਲਿਸ ਤੇ ਜਾਰਾ ਦਬਕੇ ਪਏ ਜੀ, ਇਸ ਨੌਜਵਾਨ ਨੇ ਨੇੜਿਓਂ ਲੰਘਦੀ ਜਿਹੜੀ ਭਾਖੜਾ ਨਹਿਰ ਹੈ ਉਹਦੇ ਵਿੱਚ ਛਾਲ ਮਾਰ ਦਿੱਤੀ,
ਤੇ ਜਿਹੜਾ ਜਿਹੜਾ ਇਹਦਾ ਦੋਸਤ ਸੀਗਾ ਜੀ ਉਹ ਉਹਨੂੰ ਬਚਾਉਣ ਦੇ ਵਾਸਤੇ ਗੁਰਧਿਆਨ ਸਿੰਘ ਸੀਗਾ ਜੀ ਉਹ ਵੀ ਉਹਨੇ ਵੀ ਛਾਲ ਮਾਰੀ ਨਾ ਤਾਂ ਉਹ ਆਪਣੇ ਦੋਸਤ ਨੂੰ ਬਚਾ ਸਕਿਆ ਨਾ ਉਹ ਆਪ ਜਿਹੜਾ ਸੀ ਬਚ ਸਕਿਆ ਇਹਨਾਂ ਦੇ ਨਾਲ ਮੌਜੂਦ ਇੱਕ ਹੋਰ ਵਿਅਕਤੀ ਉਹਨੇ ਤੁਰੰਤ ਆਪਣੀ ਪੱਗ ਜਿਹੜੀ ਸੀਗਾ ਉਹ ਲਾਹ ਕੇ ਸੁੱਟੀ ਔਰ ਇਹਦੇ ਵਿੱਚੋਂ ਇੱਕ ਨੇ ਪੱਗ ਫੜ ਵੀ ਲਈ ਜੀ ਪਰ ਤੁਸੀਂ ਬਦਕਿਸਮਤੀ ਦੇਖੋ ਕਿ ਪੱਗ ਜਿਹੜੀ ਸੀ ਫਟ ਗਈ ਤੇ ਉਦੋਂ ਬਾਅਦ ਜਿਹੜੀਆਂ ਛੱਲਾਂ ਸੀਗੀਆਂ ਜੀ ਉਹਦੇ ਵਿੱਚ ਇਹ ਗੁਆਚ ਗਿਆ ਗੁਰਧਿਆਨ ਜਿਹੜਾ ਸੀਗਾ ਜਿਹੜਾ ਪਹਿਲਾ ਮੁੰਡਾ ਅਮਨਪ੍ਰੀਤ ਸਿੰਘ ਸੀਗਾ ਜੀ ਉਹ ਤਾਂ ਰੁੜ ਹੀ ਗਿਆ ਜਿਹੜੀਆਂ ਆਖਰੀ ਖਬਰਾਂ ਮਿਲਣ ਤੱਕ ਦੋਨਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਅਜੇ ਤੱਕ ਨਹੀਂ ਮਿਲੀਆਂ ਜੀ ਸੋ ਇਹ ਜਿਹੜੇ ਤਰੀਕੇ ਨੇ ਇਹਨਾਂ ਦੀ ਪੁਰਾਣੇ ਪੁਲਿਸ ਵਾਲਿਆਂ ਵਾਲੇ ਉਹ ਕਿਤੇ ਨਾ ਕਿਤੇ ਇੱਦਾਂ ਹੀ ਫਿਰ ਸਾਹਮਣੇ ਆਉਂਦੇ ਨੇ ਜੀ 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 ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਲੈ ਕੇ ਇਹਨਾਂ ਦਾ ਵੀ ਜਿਹੜਾ ਇੱਕ ਹਿਸਾਬ ਦੇ ਨਾਲ ਪਾੜਾ ਕਾਂਗਰਸ ਵਾਂਗੂ ਵੱਧਦਾ ਹੀ ਜਾ ਰਿਹਾ ਆ ਡਾਕਟਰ ਦਲਜੀਤ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਇੱਕ ਦੂਜੇ ਦੇ ਫੈਸਲੇ ਕੱਟ ਰਹੇ ਨੇ ਡਾਕਟਰ ਦਲਜੀਤ ਸਿੰਘ ਹੋਰੀ ਜਿਹੜੇ ਕਿ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਜਿਹੜੇ ਲੜੇ ਸਨ ਜੀ ਅਨੁਸ਼ਾਸਨੀ ਕਮੇਟੀ ਦੇ ਇੰਚਾਰਜ ਨੇ ਡਾਕਟਰ ਦਲਜੀਤ ਸਿੰਘ ਹੋਰੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚੋਂ ਕੁਛ ਮੈਂਬਰਾਂ ਨੂੰ ਪਾਰਟੀ ਤੋਂ ਮੁਅੱਤਲ ਜਾਂ ਖਾਰਜ ਕਰਨ ਦਾ ਫੈਸਲਾ ਕੀਤਾ ਸੀਗਾ ਹੁਣ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਬਹੁਤਾ ਜਿਹੜਾ ਜੀ ਇਹ ਫੈਸਲੇ ਕੱਟ ਦਿੱਤੇ ਨੇ ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ 11 ਮੈਂਬਰਾਂ ਨੂੰ ਕੱਢਣ ਦੀ ਕਾਰਵਾਈ ਜਿਹੜੀ ਆ ਜੀ ਉਹ ਰੱਦ ਕਰਤੀ ਹੈ ਤੇ ਇਹਨਾਂ ਮੈਂਬਰਾਂ ਨੂੰ ਮੁੜ ਕੇ ਪਾਰਟੀ ਦੇ ਵਿੱਚ ਜਿਹੜਾ ਸ਼ਾਮਿਲ ਕਰ ਲਿਆ ਇਹਨਾਂ ਦੇ ਵਿੱਚ 3 ਜ਼ਿਲ੍ਹਿਆਂ ਦੇ ਕਨਵੀਨਰ ਵੀ ਜਿਹੜੇ ਉਹ ਸ਼ਾਮਿਲ ਨੇ ਜੀ ਦੂਜੇ ਪਾਸੇ ਅਨੁਸ਼ਾਸਨੀ ਕਮੇਟੀ ਦੇ ਇੰਚਾਰਜ ਡਾਕਟਰ ਦਲਜੀਤ ਸਿੰਘ ਹੋਰਾਂ ਨੇ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੂੰ ਪਾਰਟੀ ਦੇ ਵਿੱਚੋਂ ਮੁਅੱਤਲ ਕਰਨ ਜਾਂ ਖਾਰਜ ਕਰਨ ਦਾ ਫੈਸਲਾ ਕੀਤਾ ਗਿਆ ਉਹ ਪਹਿਲਾਂ ਵਾਂਗ ਜਿਹੜਾ ਜੀ ਉਹ ਕਾਇਮ ਰਹੇਗਾ ਉਹਨਾਂ ਨੇ ਦੂਜੇ ਪਾਸੇ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰੀ ਨੇ ਉਹਨਾਂ ਨੇ ਕਿਹਾ ਕਿ 2 ਫਰਵਰੀ ਤੋਂ ਬਾਅਦ ਪਾਰਟੀ ਵਿੱਚੋਂ ਜਿਹੜੇ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਗਿਆ ਜਾਂ ਕੱਢਿਆ ਗਿਆ ਉਹਨਾਂ ਨੂੰ ਮੁੜ ਕੇ ਜਿਹੜਾ ਜੀ ਉਹ ਸ਼ਾਮਿਲ ਇਹਦੇ ਵਿੱਚ ਕਰ ਲਿਆ ਗਿਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ 3 ਆਗੂ ਜਿਨ੍ਹਾਂ ਨੂੰ ਖਾਰਜ ਜਾਂ ਮੁਅੱਤਲ ਕਰਨ ਦੇ ਫੈਸਲੇ ਨੂੰ ਵਾਪਸ ਨਹੀਂ ਲਿਆ ਗਿਆ ਇਹਦੇ ਵਿੱਚ ਜਲੰਧਰ ਤੋਂ ਜੋਤੀ ਮਾਨ ਖਡੂਰ ਸਾਹਿਬ ਤੋਂ ਚੋਣ ਲੜਨ ਵਾਲੇ ਭਾਈ ਬਲਦੀਪ ਸਿੰਘ ਤੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਚੰਡੀਗੜ੍ਹ ਤੋਂ ਨੇ ਉਹ ਸ਼ਾਮਿਲ ਨੇ ਜੀ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੇ ਮੁਖੀ ਨੇ ਫੈਸਲਾ ਕਰਨ ਵੇਲੇ ਕਿਸੇ ਹੋਰ ਮੈਂਬਰ ਜਾਂ ਸੂਬਾਈ ਕਨਵੀਨਰ ਜਿਹੜੇ ਸੁੱਚਾ ਸਿੰਘ ਛੋਟੇਪੁਰ ਹੋਰੀ ਨੇ ਉਹਨਾਂ ਦੇ ਨਾਲ ਕੋਈ ਸਲਾਹ ਮਸ਼ਵਰਾ ਜਿਹੜਾ ਸੀਗਾ ਨਹੀਂ ਕੀਤਾ ਸੋ ਇਹ ਆਪ ਉਧਰੀਆਂ ਜਿਹੜੀਆਂ ਚੀਜ਼ ਹੈ ਨਾ ਜੀ ਪਾਰਟੀ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀਆਂ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ ਜੀ ਜਿਹੜੇ ਫੈਸਲੇ ਨੂੰ ਰੱਦ ਕੀਤਾ ਉਹਦੇ ਵਿੱਚ ਹਰਿੰਦਰ ਸਿੰਘ ਨਰਿੰਦਰ ਵਾਲੀਆ ਅੰਮ੍ਰਿਤਸਰ ਤੋਂ ਹਰਦੀਪ ਸਿੰਘ ਕਿੰਗੜਾ ਜਿਹੜੇ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੇ ਨਜ਼ਦੀਕੀ ਨੇ ਫਰੀਦਕੋਟ ਤੋਂ ਨੇ ਕਰਨਲ ਜੇ ਐਸ ਗਿੱਲ ਲੁਧਿਆਣੇ ਤੋਂ ਇਹ ਵੀ ਛੋਟੇਪੁਰ ਹੋਰਾਂ ਦੇ ਕਰੀਬੀ ਨੇ ਜੀ ਅਜੇ ਸ਼ਰਮਾ ਮੋਗਾ ਤੋਂ ਜਿਹੜੇ ਬਹੁਤ ਕੰਟਰੋਵਰਸ਼ੀਅਲ ਬੰਦਾ ਜੀ ਔਰ ਲੈਫਟੀਨੈਂਟ ਕਰਨਲ ਅਸ਼ੋਕ ਡੋਗਾ ਪਠਾਨਕੋਟ ਤੋਂ ਜਸਵੀਰ ਸਿੰਘ ਧਾਲੀਵਾਲ ਨਿਰਮਲ ਸਿੰਘ ਮੋਹਾਲੀ ਤੋਂ ਇਹ ਜਿਹੜੇ ਜੀ ਸ਼ਾਮਿਲ ਨੇ ਜਿਹਨਾਂ ਨੂੰ ਮੁੜ ਕੇ ਪਾਰਟੀ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਪਾ ਲਿਆ ਜੀ ਸੋ ਡਾਕਟਰ ਦਲਜੀਤ ਸਿੰਘ ਹੋਰਾਂ ਦੇ ਫੈਸਲਾ ਉਲੱਦਣ ਵਾਲਾ ਮਾਮਲਾ ਮੈਨੂੰ ਨਹੀਂ ਲੱਗਦਾ ਕਿ ਛੇਤੀ ਕੀਤੇ ਇੱਥੇ ਜਿਹੜਾ ਜੀ ਉਹ ਖਤਮ ਹੋਊਗਾ ਇਹ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦਾ ਇਹਨਾਂ ਦਾ ਤਕਰਾਰ ਜੀ ਜੀ ਅਤੇ ਅਗਲੀ ਜੇ ਗੱਲ ਕਾਂਗਰਸ ਦੀ ਵੀ ਨਾਲ ਕਰ ਲਈਏ ਉਹਨਾਂ ਦਾ ਪਾੜਾ ਜਿਹੜਾ ਜੀ ਕਹਿੰਦੇ ਜੀ ਹੋਰ ਵੱਧਦਾ ਜਾ ਰਿਹਾ ਹੈ ਧੂਰੀ ਚੋਣ ਦੇ ਦੌਰਾਨ ਹੀ ਬਿਲਕੁਲ ਜੀ ਜਿਹੜੀ ਜਿਹੜੀਆਂ ਇਹ ਕਾਂਗਰਸ ਦੀਆਂ ਜਿਹੜੀਆਂ ਉੱਥੇ ਕਾਰਵਾਈਆਂ ਪਈਆਂ ਨੇ ਜੀ ਧੂਰੀ ਦੇ ਵਿੱਚ ਉਹ ਕਿਤੇ ਵੀ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲੈ ਸਕਦੇ ਜੀ ਕਿ ਉਹ ਪਾੜਾ ਘਟਾਉਣ ਵਾਲੀ ਜਿਹੜੀ ਉਹ ਗੱਲ ਦਿਸਦੀ ਹੋਵੇ ਕਿਤੇ ਬੇਸ਼ੱਕ ਜਿੱਦਣ ਪੇਪਰ ਭਰੇ ਸਨ ਉਸ ਦਿਨ ਸਾਰੇ ਦੇ ਸਾਰੇ ਜਿਹੜੇ ਸੀਗੇ ਇੱਕ ਮੰਚ ਦੇ ਉੱਤੇ ਕੱਟਣ ਦੇ ਇਕੱਠੇ ਕਰਨ ਦੇ ਵਿੱਚ ਸ਼ਕੀਲ ਅਹਿਮਦ ਹੁਰੀ ਜਿਹੜੇ ਸਨ ਉਹ ਕਾਮਯਾਬ ਹੋ ਗਏ ਸਨ ਉਦੋਂ ਬਾਅਦ ਤਾਂ ਫਿਰ ਆਪ ਉਧਰੀਆਂ ਹੀ ਚੱਲੀਆਂ ਜੀ 2 ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿਤਾ ਕਿ ਮੈਂ ਨੀ ਚੋਣ ਪ੍ਰਚਾਰ ਕਰਦਾ ਮੁੜ ਕੇ ਚੋਣ ਪ੍ਰਚਾਰ ਦੇ ਵਾਸਤੇ ਆਏ ਨਿਰਸੰਦੇਹ ਉਹਨਾਂ ਨੇ ਜਿਹੜਾ ਜੀ ਭੀੜਾਂ ਵੀ ਇਕੱਠੀਆਂ ਕੀਤੀਆਂ ਉਹਨਾਂ ਦੀ ਗੱਲ ਜਿਹੜੀ ਆ ਜੀ ਉਹ ਸੁਣੀ ਵੀ ਗਈ ਪਰ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਅਗਵਾਈ ਦੇ ਵਿੱਚ ਚੋਣ ਪ੍ਰਚਾਰ ਨਹੀਂ ਕੀਤਾ ਬਲਕਿ ਆਪਣੀ ਡਫਰੀ ਜਿਹੜੀ ਸੀ ਨਾ ਜੀ ਉਹ ਆਪ ਵਜਾਈ ਉਹਨਾਂ ਨੇ ਆਪਣੇ ਸਾਰੇ ਜਿਹੜੇ ਪ੍ਰੋਗਰਾਮ ਸੀ ਉਹ ਲੀਕੇ ਕੇਵਲ ਢਿੱਲੋਂ ਹੋਰਾਂ ਦੀ ਜਿਹੜੀ ਸੀ ਸਰਪ੍ਰਸਤੀ ਦੇ ਹੇਠ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਜੀ ਸੁਨੀਲ ਜਾਖੜ ਹੋਰੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਬਣਾਏ ਹੋਏ ਪ੍ਰੋਗਰਾਮ ਜਿਹੜੇ ਸੀਗੇ ਜੀ ਉਹਦੇ ਤਹਿਤ ਚੋਣ ਪ੍ਰਚਾਰ ਕੀਤਾ ਰਜਿੰਦਰ ਕੌਰ ਬੱਠਲ ਹੋਰਾਂ ਨੇ ਚੋਣ ਪ੍ਰਚਾਰ ਕੀਤਾ ਪਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਅਗਵਾਈ ਜਿਹੜੀ ਆ ਜੀ ਉਹਨਾਂ ਨੇ ਵੀ ਮੰਨੀ ਨਹੀਂ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਇੱਥੇ ਚੋਣ ਪ੍ਰਚਾਰ ਜਿਹੜਾ ਜੀ ਉਹ ਕੀਤਾ ਕਿਤੇ ਵੀ ਉਹ ਇੱਕ ਜੁੱਟਤਾ ਵਾਲਾ ਜਿਹੜਾ ਜੀ ਉਹ ਚੋਣ ਪ੍ਰਚਾਰ ਨਹੀਂ ਕੀਤਾ ਉਹਨਾਂ ਨੇ ਹਾਂ ਇੰਨਾ ਹੈ ਕਿ ਹਾਈ ਕਮਾਂਡ ਦੇ ਡੰਡੇ ਤੋਂ ਡਰਦਿਆ ਹੋਇਆ ਜਿਹੜਾ ਜੀ ਉਹ ਚੋਣ ਪ੍ਰਚਾਰ ਉਹਨਾਂ ਨੇ ਕੀਤਾ ਜ਼ਰੂਰ ਪਰ ਇਹ ਕਿੰਨਾ ਕੁ ਕਾਰਗਰ ਜਿਹੜਾ ਜੀ ਉਹ ਸਾਬਤ ਹੋਊਗਾ ਇਹ ਜਿਹੜੀ ਹੈ ਜੀ ਉਹ ਵੇਖਣ ਵਾਲੀ ਗੱਲ ਰਹੂਗੀ ਔਰ ਚੋਣ ਨਤੀਜੇ ਜਿਹੜੇ ਨੇ ਸ਼ਾਇਦ ਉਹ ਸਾਹਮਣੇ ਲਿਆਉਣਗੇ ਹਾਂ ਇੰਨਾ ਜ਼ਰੂਰ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ
ਦੇ ਦੋ ਦਿਨ ਚੋਣ ਪ੍ਰਚਾਰ ਤੋਂ ਬਾਅਦ ਉਹਨਾਂ ਨੇ ਜਿਹੜਾ ਜੀ ਨਿਰੰਤਰਤਾ ਕਰ ਦਿੱਤਾ ਦੋਨਾਂ ਬਾਦਲਾਂ ਨੂੰ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ, ਪਾਣੀ ਵਾਲਾ ਮੁੱਦਾ ਜਿਹੜਾ ਸੀਗਾ ਉਹ ਉਭਾਰ ਕੇ। ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਨਾ ਤਾਂ ਉਹਨਾਂ ਨੂੰ ਕੋਈ ਜਵਾਬ ਜਿਹੜਾ ਸੀਗਾ ਜੀ ਉਹ ਔੜਿਆ, ਨਾ ਜਿਹੜਾ ਜਵਾਬ ਸੀਗਾ ਜੀ ਉਹ ਕੋਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਔੜਿਆ। ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਪਾਣੀ ਵਾਲੇ ਮੁੱਦੇ ਤੇ ਧੂਰੀ ਦੇ ਵਿੱਚ ਬੋਲੇ ਹੀ ਨਹੀਂ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਜ਼ਰੂਰ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਮੁੱਦੇ ਦੇ ਉੱਤੇ ਨਾ ਭੜਕਾਉਣ। ਹੈਰਾਨੀ ਵਾਲੀ ਗੱਲ ਹੈ ਜਿਹੜੇ ਮੁੱਦੇ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਦਹਾਕਿਆਂ ਤੋਂ ਅਕਾਲੀ ਦਲ ਭੜਕਾਉਂਦਾ ਆ ਰਿਹਾ ਜੀ, ਉਹਨਾਂ ਨੂੰ ਲੱਗਦਾ ਕਿ ਇਹਦੇ ਪੰਜਾਬ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਨਾ ਭੜਕਾਉਣ। ਪਰ ਜੇ ਓਵਰਆਲ ਕਾਂਗਰਸ ਦਾ ਲਈਏ ਤਾਂ ਕਾਂਗਰਸ ਜਿਹੜਾ ਜੀ ਉਹਨੇ ਉਹਦੀ ਪਾਟੋ ਤਾੜੀ ਜਿਹੜੀ ਹੈ ਜੀ ਉਹ ਸਿੱਧ ਹੋਈ ਹੈ ਤੇ ਇਹਦਾ ਖਮਿਆਜ਼ਾ ਉਹਨੂੰ ਸ਼ਾਇਦ ਚੋਣ ਦੇ ਵਿੱਚ ਭੁਗਤਣਾ ਵੀ ਪੈ ਸਕਦਾ ਹੈ। ਜੀ 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 ਬਿਲਕੁਲ ਬਿਲਕੁਲ। ਤਾਂ ਸਰੋਤਿਓ ਚੱਲ ਰਿਹਾ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ, ਬਲਤੇਜ ਪੰਨੂ ਜੀ ਹੁਣਾਂ ਦੇ ਨਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ। ਟਰੱਕਿੰਗ ਮਲਟੀ ਸਰਵਿਸਿਜ਼ ਵਾਲੇ ਟਰੱਕਰ ਵੀਰਾਂ ਦੇ ਲਈ ਫੈਕਟਰਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। ਜਿਸੇ ਦਿਨ ਤੁਸੀਂ ਲੋਡ ਲਾਉਂਦੇ ਹੋ, ਲੋਡ ਲਾਉਂਦੇ ਸਾਰ ਸੇਮ ਡੇ ਜਿਹੜੇ ਤੁਸੀਂ ਪੈਸੇ ਆ ਉਹ ਲੈ ਸਕਦੇ ਹੋ। ਇਸ ਫੈਕਟਰਿੰਗ ਦੇ ਬਾਰੇ ਜਾਂ ਹੋਰ ਜਾਣਕਾਰੀ ਦੇ ਲਈ ਤੁਸੀਂ ਜ਼ਰੂਰ ਕਾਲ ਕਰੋ ਇਹਨਾਂ ਨੂੰ। ਇਹਨਾਂ ਦਾ ਨੰਬਰ 408-272-2600 408-272-2600। ਅਗਲੀ ਜਿਹੜੀ ਗੱਲ ਕਰਦੇ ਹਾਂ, ਪੰਜਾਬ ਦੇ ਭਾਜਪਾ ਦੇ ਜਿਹੜੇ MP ਅਵਿਨਾਸ਼ ਖੰਨਾ, ਉਹਨਾਂ ਨੇ ਕਿਹਾ ਵੀ ਜੇਲ੍ਹ ਸਟਾਫ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ। ਡੋਪ ਟੈਸਟ ਸਾਰੇ ਜਿਹੜੇ ਜੀ ਉਹ ਕਹੀ ਜਾਂਦੇ ਨੇ। ਹੁਣ ਜਿਹੜਾ ਜੇਲ੍ਹ ਮੰਤਰਾਲਾ ਹੈ ਜੀ ਉਹ ਕਿਹਦੇ ਕੋਲੇ ਆ? ਇੱਦਾਂ ਦੀ ਮੰਗ ਜੇ ਤਾਂ ਵਿਰੋਧੀ ਧਿਰ ਦਾ ਕੋਈ ਨੇਤਾ ਕਰੇ ਤੇ ਗੱਲ ਸਮਝ ਆਉਂਦੀ ਹੈ ਕਿ ਉਹ ਸਰਕਾਰ ਨੂੰ ਕਹਿੰਦਾ ਹੈ ਕਿ ਇਹ ਹੋਣਾ ਚਾਹੀਦਾ। ਜਿਹੜੀ ਸਰਕਾਰ ਦੇ ਵਿੱਚ ਧਿਰ ਸ਼ਾਮਿਲ ਹੈ ਜਦੋਂ ਉਹ ਕਵੇ ਹੋਣਾ ਤੇ ਉਹ ਤਾਂ ਇਹ ਕਹਿਣ ਜੀ ਅਸੀਂ ਕਰ ਦਿੱਤਾ, ਆਹ ਦੇਖੋ ਜੀ ਅਸੀਂ ਕਰਤਾ, ਇਹ ਕਹਿ ਕਿਦਾਂ ਕਰਾਉਣ ਜੀ? ਹੋਣਾ ਤਾਂ ਚਾਹੀਦਾ, ਬਿਲਕੁਲ ਹੋਣਾ ਚਾਹੀਦਾ ਜੀ। ਮੇਰਾ ਖਿਆਲ ਇਹਦੀ ਸ਼ੁਰੂਆਤ ਜਿਹੜੀ ਆ ਉਹ ਨੇਤਾਵਾਂ ਤੋਂ ਹੋਣੀ ਚਾਹੀਦੀ ਹੈ। ਜਿਹੜੇ ਪੰਜਾਬ ਜਿਹੜੇ ਲੋਕ ਸੱਤਾ ਦੇ ਵਿੱਚ ਹੋਣ ਕਮ ਸੇ ਕਮ ਉਹਨਾਂ ਦਾ ਜ਼ਰੂਰ ਹੋਣਾ ਚਾਹੀਦਾ। ਜੇ ਉਹਨਾਂ ਦਾ ਹੋ ਗਿਆ ਮੇਰਾ ਖਿਆਲ ਬਹੁਤ ਇਹਨੂੰ ਤਾਂ ਅਸੀਵੇ ਦੇਣੇ ਪੈ ਜਾਣੇ ਆ। ਇਸ ਕਰਕੇ ਇਹ ਗੱਲਾਂ ਜਿਹੜੀਆਂ ਨੇ ਨਾ ਹੁਣ ਦੀ ਹਵਾ ਦੇ ਵਿੱਚ ਛੱਡਣ ਵਾਲੇ ਇਹ ਲੋਕ ਨੇ ਜੀ। ਸੱਤਾਧਾਰੀ ਧਿਰ ਇੱਦਾਂ ਦੀ ਗੱਲ ਕਰੇ ਕਿ ਹੋਣਾ ਚਾਹੀਦਾ, ਇਹ ਕਰੂ ਕੌਣ ਕਰੂਗਾ ਜੀ? ਸੱਤਾਧਾਰੀ ਧਿਰ ਨਹੀਂ ਤਾਂ ਕਰਦਾ ਕਰ ਦੇਣ ਜੀ ਫਿਰ। ਜੀ ਜੀ ਬਿਲਕੁਲ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਕਾਲੀ ਵੇਈ ਦੇ ਵਿੱਚ 22 ਪਿੰਡ ਤੇ 4 ਕਸਬਿਆਂ ਦਾ ਗੰਦਾ ਪਾਣੀ ਲਗਾਤਾਰ ਜਾ ਰਿਹਾ। ਇਹ ਮਾਮਲਾ ਨਾ ਜੀ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਜ਼ਿਆਦਾ ਉਦੋਂ ਤੋਂ ਭਟਿਆ ਜਦੋਂ ਇੱਥੇ ਜਿਹੜੀਆਂ ਮੱਛੀਆਂ ਨੇ ਉਹ ਮਰਨੀਆਂ ਸ਼ੁਰੂ ਹੋਈਆਂ ਨੇ ਜੀ। ਉਂਝ ਵੇਖਣ ਨੂੰ ਇਹ ਮੱਛੀਆਂ ਸਾਰੀਆਂ ਤੰਦਰੁਸਤ ਨੇ ਪਰ ਨਿਰੰਤਰ ਜਿਹੜੀਆਂ ਜੀ ਉਹ ਮਰੀਆਂ ਨੇ। ਬਲਬੀਰ ਸਿੰਘ ਸੀਚੇਵਾਲ ਹੋਰਾਂ ਨੇ ਵੀ ਇਹ ਗੱਲ ਜਿਹੜੀ ਉਠਾਈ ਸੀਗੀ ਕਿ ਗੰਦਾ ਪਾਣੀ ਜਿਹੜਾ ਪ੍ਰਦੂਸ਼ਿਤ ਪਾਣੀ ਆ ਉਹ ਪੈਣ ਦੀ ਵਜ੍ਹਾ ਕਰਕੇ ਇਹ ਮੱਛੀਆਂ ਜਿਹੜੀਆਂ ਉਹ ਮਰ ਰਹੀਆਂ ਨੇ। ਹੁਣ ਇਹ ਪਤਾ ਲੱਗਿਆ ਜੀ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਚਿੰਨ੍ਹ ਤਾਂ ਲੱਗ ਗਿਆ। ਮੈਂ ਅੱਗੇ ਵੀ ਇੱਕ ਦਿਨ ਤੁਹਾਡੇ ਨਾਲ ਸਾਂਝੀ ਕੀਤੀ ਕਿਉਂਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਜਿਹੜਾ ਹੈੱਡ ਆਫਿਸ ਆ ਪਟਿਆਲੇ ਦੇ ਵਿੱਚ ਆ ਨਾਭਾ ਰੋਡ ਦੇ ਉੱਤੇ। ਇੱਕ ਦਿਨ ਦੇ ਰਾਤ ਨੂੰ ਮੈਂ ਉਦੋਂ ਵੀ ਲੰਘਿਆ ਤਾਂ ਜਿਹੜੀਆਂ ਲਾਈਟਾਂ ਜਗਦੀਆਂ ਨੇ ਨਾ ਜੀ ਉਹਦੇ ਵਿੱਚੋਂ ਜਿਹੜੀਆਂ ਉਹ ਫਿਊਜ਼ ਸਨ ਕੁਛ, ਜਿਹੜਾ ਕੰਟਰੋਲ ਵਾਲਾ ਸੀਗਾ ਨਾ ਜੀ ਉਹ ਲਾਈਟ ਫਿਊਜ਼ ਸੀ ਕੁਦਰਤੀ। ਫਿਰ ਉਹ ਜਿਹੜਾ ਸਾਈਨ ਏਦਾਂ ਕੁਛ ਲੱਗ ਰਿਹਾ ਸੀਗਾ ਪੰਜਾਬ ਪੋਲਿਊਸ਼ਨ ਬੋਰਡ, ਕੰਟਰੋਲ ਬੋਰਡ ਤਾਂ ਹੈ ਨੀ ਗਾ ਪੋਲਿਊਸ਼ਨ ਬੋਰਡ ਹੀ ਆ ਜੀ ਕਿਉਂਕਿ ਮਹੀਨੇ ਜਾਂਦੇ ਨੇ ਇਸ ਕਰਕੇ ਪੁੱਛਦਾ ਕੋਈ ਨੀ ਗਾ। 22 ਪਿੰਡ ਤੇ 4 ਸ਼ਹਿਰ ਨੇ ਜਿਨ੍ਹਾਂ ਦਾ ਗੰਦ ਜਿਹੜਾ ਜੀ ਇਸ ਵੇਈ ਨਦੀ ਦੇ ਵਿੱਚ ਜਿਹੜਾ ਜੀ ਉਹ ਪੈ ਰਿਹਾ, ਜਿੱਥੇ ਆਕਸੀਜਨ ਘੱਟ ਹੋ ਗਈ ਜਿਹਦੇ ਕਰਕੇ ਮੱਛੀਆਂ ਜਿਹੜੀਆਂ ਉਹ ਨਿਰੰਤਰ ਮਰ ਰਹੀਆਂ ਨੇ। ਪੰਜਾਬ ਸਰਕਾਰ ਨੇ ਕਰੋੜਾਂ ਰੁਪਈਏ ਖਰਚ ਕਰਕੇ 6 ਟ੍ਰੀਟਮੈਂਟ ਪਲਾਂਟ ਤਾਂ ਜਿਹੜੇ ਲਾਤੇ ਪਰ ਮੁਸ਼ਕਲ ਇਹ ਆਈ ਉਹ ਚੱਲ ਨਹੀਂ ਰਹੇ। ਇਹਨਾਂ ਦੇ ਵਿੱਚੋਂ ਇੱਕੋ ਜਿਹੜਾ ਸੁਲਤਾਨਪੁਰ ਦੇ ਵਿੱਚ ਲੱਗਿਆ ਹੋਇਆ ਟ੍ਰੀਟਮੈਂਟ ਪਲਾਂਟ ਆ ਜੀ ਉਹ ਚੱਲ ਰਿਹਾ, ਉਹ ਵੀ ਇਸ ਕਰਕੇ ਕਿ ਬਲਬੀਰ ਸਿੰਘ ਚੀਚੇਵਾਲ ਹੋਣਾ ਦਾ ਜਿੰਦਾ ਕੁੰਡਾ ਉਹਦੇ ਉੱਤੇ ਜਿਹੜਾ ਜੀ ਉਹ ਹੈਗਾ। ਜਿਹੜੇ ਕਪੂਰਥਲਾ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ 44 ਦੇ ਕਰੀਬ ਇੱਦਾਂ ਦੇ ਪਿੰਡ ਨੇ ਜਿਹਨਾਂ ਦਾ ਸਿੱਧੇ ਤੌਰ ਦੇ ਉੱਤੇ ਗੰਦਾ ਜਿਹੜਾ ਪਾਣੀ ਆ ਇਸ ਨਦੀ ਦੇ ਵਿੱਚ ਜਿਹੜਾ ਜੀ ਉਹ ਪੈ ਰਿਹਾ। 2005 ਤੋਂ ਪੰਜਾਬ ਸਰਕਾਰ ਨੇ ਗੰਦੇ ਪਾਣੀ ਨੂੰ ਰੋਕਣ ਦੇ ਵਾਸਤੇ ਪ੍ਰੋਜੈਕਟ ਜਿਹੜੇ ਉਹ ਲਾਏ ਸੀਗੇ ਪਰ ਇਹ ਚਿੱਟੇ ਹਾਥੀ ਜਿਹੜੇ ਜੀ ਉਹ ਸਾਬਤ ਹੋ ਰਹੇ ਨੇ। ਜਿਹੜਾ ਪੰਜਾਬ ਪੋਲਿਊਸ਼ਨ ਬੋਰਡ ਹੈ ਉਹ ਜਦੋਂ ਇਹਦੇ ਉੱਤੇ ਕੁਛ ਰੱਖ ਹੀ ਨਹੀਂ ਰਿਹਾ ਜੀ, ਨਾ ਉਹਨੇ ਮੁੜ ਕੇ ਦੇਖਿਆ ਕਿ ਇਹਨਾਂ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਜੀ ਉਹ ਕੀ ਹੋਇਆ। ਇਹ ਜਿਹੜੀ ਵੇਈ ਹੈ ਜੀ ਇਹਦੇ ਵਿੱਚ ਪੈਣ ਵਾਲਾ ਪਾਣੀ ਅੱਗੇ ਜਾ ਕੇ ਹਰੀਕੇ ਪੱਤਣ 'ਚ ਪੈਂਦਾ ਜੀ। ਹਰੀਕੇ ਪੱਤਣ ਤੋਂ ਜਿਹੜਾ ਪਾਣੀ ਹੈ ਜਿਹੜੀਆਂ ਨਹਿਰਾਂ ਦੇ ਰੂਪ ਦੇ ਵਿੱਚ ਜਾਂਦਾ, ਜਿਹਦੇ ਜਿਹੜਾ ਮਾਲਵਾ ਬੈਲਟ ਦੇ ਵਿੱਚੋਂ ਵੀ ਲੰਘਦਾ, ਮੁੜ ਕੇ ਰਾਜਸਥਾਨ ਵੀ ਜਾਂਦਾ, ਇਹ ਪਾਣੀ ਪੀਤਾ ਜਾਂਦਾ। ਕਿੰਨੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੋਊਗਾ ਜੀ ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ। ਪਰ ਮੁਸ਼ਕਲ ਇਹ ਹੈ ਨਾ ਜੀ ਕਿ ਤੁਸੀਂ ਕਿਹੜੇ ਕਿਹੜੇ ਮੁੱਦੇ ਦੇ ਉੱਤੇ ਕਿਹੜੀ ਕਿਹੜੀ ਗੱਲ ਜਿਹੜੀ ਆ ਜੀ ਉਹ ਤੁਸੀਂ ਕਰੋਗੇ। ਸਭ ਤੋਂ ਵੱਧ ਮੱਛੀਆਂ ਜਿਹੜੀਆਂ ਜੀ ਉਹ ਮਰੀਆਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਦਾ ਚਰਨ ਛੋਹ ਜਿਹੜੀ ਪ੍ਰਾਪਤ ਹੈ ਬੇਰ ਸਾਹਿਬ ਉਹਦੇ
ਨੇੜੇ ਜੀ, ਔਰ ਕਿਸੇ ਟਾਈਮ ਇਹ ਪਾਣੀ ਜਿਹੜਾ ਸੀਗਾ ਵਹਿੰਦਾ, ਕਿਉਂਕਿ ਮੇਰਾ ਬਚਪਨ ਵੀ ਉੱਥੋਂ ਦਾ ਜੀ, ਕਿਸੇ ਟਾਈਮ ਬੜਾ ਇਹ ਪਵਿੱਤਰ ਸਾਫ਼ ਸੁਥਰਾ, ਈਵਨ ਡੰਗਰ ਚਾਰ ਰਿਹਾ ਸੀ ਪਾਣੀ ਜਿਹੜਾ ਨਾ ਜੀ, ਉਹ ਉਂਝ ਇਹਦੇ ਵਿੱਚੋਂ ਪੀ ਲੈਂਦੇ ਰਹੇ ਹਾਂ, ਇੰਨਾ ਨਿਤਰਿਆ ਹੋਇਆ ਪਾਣੀ ਕਿਸੇ ਟਾਈਮ ਆਉਂਦਾ ਹੁੰਦਾ ਸੀਗਾ ਜੀ। ਅੱਜ ਇਹ ਹੈ ਕਿ ਉਹਦੇ ਨੇੜਿਓਂ ਲੰਘਣਾ, ਭਾਵ ਕਿ ਉਹ ਕਈ ਤਰ੍ਹਾਂ ਦੀ ਜਿਹੜੀ ਬਦਬੂ ਆ ਉਹਦਾ ਸਾਹਮਣਾ ਕਰਨਾ ਪੈਂਦਾ ਜੀ। ਬਿਲਕੁਲ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜਾ ਸੱਤਿਅਮ ਘੁਟਾਲਾ ਮਾਮਲਾ ਹੋਇਆ ਸੀ, ਰਾਜੂ ਅਤੇ ਉਸ ਦੇ ਭਰਾ ਨੂੰ 7-7 ਸਾਲ ਦੀ ਕੈਦ ਅਤੇ 11 ਕਰੋੜ ਰੁਪਏ ਜੁਰਮਾਨਾ। ਇਹ ਸੱਤਿਅਮ ਘੁਟਾਲਾ ਜਿਹੜਾ ਜੀ, ਹੈਦਰਾਬਾਦ ਦੀ ਜਿਹੜੀ CBI ਅਦਾਲਤ ਹੈ, ਉਹਨੇ ਜਿਹੜੀ ਇਹ ਬਾਨੀ ਕੰਪਨੀ ਸੀ ਰਾਮਾਲਿੰਗਾ ਰਾਜੂ, ਉਹਨੂੰ 7 ਸਾਲ ਦੀ ਸਜ਼ਾ ਸੁਣਾਈ ਹੈ ਔਰ 5 ਕਰੋੜ ਦਾ ਜੁਰਮਾਨਾ ਜਿਹੜਾ ਜੀ ਉਹ ਕੀਤਾ। ਜਿਹੜੇ ਬਾਕੀ 9 ਦੋਸ਼ੀ ਨੇ ਉਹਨਾਂ ਨੂੰ 7-7 ਸਾਲ ਦੀ ਸਜ਼ਾ ਜਿਹੜੀ ਸੁਣਾਈ ਹੈ ਔਰ 25-25 ਲੱਖ ਰੁਪਇਆ ਜੁਰਮਾਨਾ ਜਿਹੜਾ ਜੀ ਉਹ ਕੀਤਾ ਗਿਆ। 7 ਜਨਵਰੀ 2009 ਨੂੰ ਇਹ ਸਾਹਮਣੇ ਆਇਆ ਸੀਗਾ ਘੁਟਾਲਾ, ਔਰ ਇਹਦੇ ਚੇਅਰਮੈਨ ਰਾਜੂ ਨੇ 14,000 ਕਰੋੜ ਰੁਪਈਏ ਡਬੋ ਦਿੱਤੇ ਸੀਗੇ ਜੀ। ਔਰ ਇਹ ਮਾਮਲਾ ਜਿਹੜਾ CBI ਨੇ ਇਹਦੀ ਜਾਂਚ ਕੀਤੀ ਸੀਗੀ। CBI ਨੇ ਰਾਜੂ ਦੇ ਉੱਤੇ ਜਿਹੜੇ ਇਹਦੇ ਵਿੱਚ ਪੈਸੇ ਇਨਵੈਸਟ ਕਰਨ ਵਾਲੇ ਨੇ 14,000 ਕਰੋੜ ਰੁਪਈਏ ਡੋਬਣ ਦਾ ਦੋਸ਼ ਜਿਹੜਾ ਉਹ ਲਾਇਆ ਸੀਗਾ, ਔਰ ਕੰਪਨੀ ਦੇ ਬਾਨੀ ਰਾਜੂ ਨੇ ਆਪਣੀ ਕੰਪਨੀ ਦੇ ਵਹੀਆਂ ਖਾਤਿਆਂ ਦੇ ਵਿੱਚ ਹੇਰਾ ਫੇਰੀ ਤੇ ਸਾਲਾਂ ਤੱਕ ਕਰੋੜਾਂ ਰੁਪਏ ਦਾ ਮੁਨਾਫਾ ਵਧਾ ਕੇ ਦੱਸਣ ਦੀ ਗੱਲ ਜਿਹੜੀ ਉਹ ਕਬੂਲ ਕੀਤੀ ਸੀ, ਜਿਹਦੇ ਕਰਕੇ ਉਹਨੂੰ ਇਹ ਸਜ਼ਾ ਦਿੱਤੀ ਗਈ ਜੀ। ਅਤੇ ਅਗਲੀ ਗੱਲ ਕਰਦੇ ਹਾਂ, ਨਾਨਕ ਸ਼ਾਹ ਫਕੀਰ ਦੇ ਉੱਤੇ ਬੈਨ ਦੀ ਜਿਹੜੀ ਗੱਲ ਆ ਉਹ ਹਾਈ ਕੋਰਟ ਵਿੱਚ ਪਹੁੰਚੀ। ਬਿਲਕੁਲ, ਇਹ ਜਿਹੜਾ ਮਾਮਲਾ ਜੀ ਪਿਛਲੇ ਦਿਨਾਂ ਤੋਂ ਭਖਦਾ ਜਿਹੜਾ ਜੀ ਉਹ ਜਾ ਰਿਹਾ ਕਾਫੀ ਜ਼ਿਆਦਾ। ਜਿਹੜਾ ਜੇ ਇਹਦਾ ਦੇਖਿਆ ਜਾਵੇ ਤਾਂ ਇਹਦੇ ਜਿਹੜੇ ਕਈ ਪੱਖ ਨੇ ਜੀ, 2-3 ਪੱਖ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਸ਼ਾਮਲ ਨੇ। ਇਹਦੇ ਵਿੱਚ ਜਿਹੜੀ ਜੀ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਸ਼ਾਮਲ ਹੋ ਜਾਣਾ, ਕਿਉਂਕਿ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਨੇ ਫਿਲਮ ਦੇਖੀ ਹੈ ਪਰ ਉਹਨਾਂ ਦੀ ਚੁੱਪ ਜਿਹੜੀ ਹੈ ਜੀ ਉਹ ਧਾਰ ਲੈਣੀ, ਉਹ ਬੋਲੇ ਹੀ ਨਹੀਂ ਕਿਉਂਕਿ ਉਹਨਾਂ ਨੇ ਪਿੱਠ ਤਾਪੜੀ ਹੋਈ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਉਹ ਬੋਲੇ ਨੇ ਤਾਂ ਕਹਿੰਦੇ ਮੈਂ ਫਿਲਮ ਨੂੰ ਹਰੀ ਝੰਡੀ ਦਿੱਤੀ ਨੀ। ਜਦੋਂ ਕੋਈ ਉਹਦਾ ਪ੍ਰੋਡਿਊਸਰ ਹੈ ਜੀ ਇਹ ਕਹੀ ਜਾਂਦਾ ਕਿ ਜਥੇਦਾਰ ਸਾਹਿਬ ਨੇ ਮੈਨੂੰ ਕਿਹਾ ਸੀਗਾ ਫਿਲਮ ਬੜੀ ਵਧੀਆ ਬਣਾਈ ਹੈ ਤੇ ਚੰਗੀ ਤੁਹਾਡੀ ਕੋਸ਼ਿਸ਼ ਹੈ, ਮੁੜ ਕੇ ਉਹ ਜਿਹੜੇ ਜੀ ਆਪਣੇ ਬਿਆਨ ਤੋਂ ਮੁੱਕਰ ਗਏ। ਸ਼੍ਰੋਮਣੀ ਕਮੇਟੀ ਹੁਣ ਕਹੀ ਜਾਂਦੀ ਹੈ ਜੀ ਕਿ ਅਸੀਂ ਇਹਨੂੰ ਪਾਬੰਦੀ ਲਵਾਉਣੀ ਆ, ਤੋ ਪਾਬੰਦੀ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਅਜੇ ਅਦਾਲਤ ਦੇ ਵਿੱਚ ਨਹੀਂ ਗਈ, ਪਰ ਲੁਧਿਆਣੇ ਦੇ ਇੱਕ ਵਸਨੀਕ ਆ ਜੀ ਸਤਪਾਲ ਸਿੰਘ, ਉਹਨੇ ਰੰਜਨ ਲੱਖਣਪਾਲ ਦੇ ਰਾਹੀਂ ਪਟੀਸ਼ਨ ਜਿਹੜੀ ਆ ਜੀ ਉਹ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਦਾਖਲ ਕਰਤੀ ਹੈ। ਉਹਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਫਿਲਮ 'ਚ ਮਨੁੱਖੀ ਰੂਪ ਦੇ ਵਿੱਚ ਵਿਖਾਇਆ ਗਿਆ, ਜਦਕਿ ਸਿੱਖ ਧਰਮ ਦੇ ਵਿੱਚ ਇਸ ਤਰ੍ਹਾਂ ਕਰਨਾ ਜਿਹੜਾ ਜੀ ਉਹ ਵਰਜਿਤ ਹੈ। ਸੋ ਸੋਮਵਾਰ ਤੋਂ ਇਹਦੇ ਉੱਤੇ ਜਿਹੜੀ ਆ ਜੀ ਉਹ ਸੁਣਵਾਈ ਹੋ ਸਕਦੀ ਹੈ। ਹੁਣ ਵੈਸੇ ਅਦਾਲਤਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਸੋਮਵਾਰ ਤੋਂ, ਪਰ ਇਹਦੀ ਸੁਣਵਾਈ ਜਿਹੜੀ ਆ ਜੀ ਉਹ ਹੋਊਗੀ ਛੁੱਟੀਆਂ ਦੇ ਦੌਰਾਨ। ਔਖਾ ਲੱਗਦਾ ਜੀ ਕਿ ਫਿਲਮ ਜਿਹੜੀ ਆ ਉਹ ਰਿਲੀਜ਼ ਹੋ ਪਾਊਗੀ ਇਹੋ ਜਿਹੇ ਵਿਵਾਦਾਂ ਦੇ ਵਿੱਚ ਜਿਹੜੀ ਜੀ ਉਹ ਘਿਰਨ ਤੋਂ ਬਾਅਦ ਜੀ। ਜੀ, ਅਗਲੀ ਗੱਲ ਕਰਦੇ ਹਾਂ, ਜਿਹੜੇ ਕਸ਼ਮੀਰੀ ਪੰਡਿਤਾਂ ਦੀਆਂ ਕਲੋਨੀਆਂ ਨੂੰ ਲੈ ਕੇ ਮੁਫਤੀ ਅਤੇ ਜਿਹੜੇ ਭਾਜਪਾ ਹੈ ਉਹ ਆਮੋ ਸਾਹਮਣੇ। ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜਿਹੜੀ ਕਸ਼ਮੀਰੀ ਪੰਡਿਤਾਂ ਨੂੰ ਜ਼ਮੀਨ ਦੇਣ ਦੇ ਮੁੱਦੇ ਦੇ ਉੱਤੇ ਕਾਫੀ ਹੰਗਾਮਾ ਜਿਹੜਾ ਜੀ ਉਹ ਹੋਇਆ। ਇੱਕ ਦਿਨ ਪਹਿਲਾਂ ਤੱਕ ਜਿਹੜੇ ਕਸ਼ਮੀਰੀ ਪੰਡਿਤ ਨੇ ਉਹਨਾਂ ਨੂੰ ਜ਼ਮੀਨ ਦੇਣ ਦੀ ਗੱਲ ਕਹਿਣ ਵਾਲੇ ਮੁੱਖ ਮੰਤਰੀ ਮੁਫਤੀ ਮੁਹੰਮਦ ਸੈਯਦ ਹੁਣ ਆਪਣੇ ਬਿਆਨ ਤੋਂ ਪਲਟ ਗਏ ਨੇ। ਉਹਨਾਂ ਨੇ ਇਹ ਕਿਹਾ ਕਿ ਕਸ਼ਮੀਰੀ ਪੰਡਿਤਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਵਾਪਸੀ ਜਿਹੜੀ ਉਹ ਕਰਵਾਈ ਜਾਊਗੀ, ਉਹਨਾਂ ਵਾਸਤੇ ਕੋਈ ਵੱਖਰੀ ਕਾਲੋਨੀ ਨਹੀਂ ਬਣਾਈ ਜਾਊਗੀ। ਉਧਰ ਇਸ ਮਾਮਲੇ ਉੱਤੇ ਰਾਜਨਾਥ ਸਿੰਘ ਜਿਹੜੇ ਕੇਂਦਰ ਦੇ ਵਿੱਚ ਗ੍ਰਹਿ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਘਾਟੀ ਦੇ ਵਿੱਚ ਕਸ਼ਮੀਰੀ ਪੰਡਿਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਜਿਹੜੀ ਆ ਉਹ ਕਾਰਜ ਯੋਜਨਾ ਤਿਆਰ ਕਰ ਰਹੀ ਹੈ। ਸਹੀ ਉਹਨਾਂ ਦੀ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੀਟਿੰਗ ਤੋਂ ਬਾਅਦ ਇਹ ਕਿਹਾ ਗਿਆ ਸੀਗਾ ਕਿ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਜੀ ਕਿ ਸੂਬਾ ਸਰਕਾਰ ਜਿਹੜੇ ਉਜੜੇ ਹੋਏ ਕਸ਼ਮੀਰੀ ਪੰਡਿਤਾਂ ਲਈ ਵੱਖਰਾ ਟਾਊਨਸ਼ਿਪ ਬਣਾਉਣ ਲਈ ਜ਼ਮੀਨ ਅਕਵਾਇਰ ਜਿਹੜੀ ਕਰੂਗੀ ਤੇ ਉਹਨਾਂ ਇਹ ਜ਼ਮੀਨ ਮੁਹੱਈਆ ਜਿਹੜੀ ਉਹ ਕਰਵਾਊਗੀ। ਸੈਯਦ ਨੇ ਇਹ ਕਿਹਾ ਜੀ ਕਿ ਸਰਕਾਰ ਕਸ਼ਮੀਰੀ ਪੰਡਿਤਾਂ ਨੂੰ ਵਾਪਸੀ ਦੇ ਵਾਸਤੇ ਜਿਹੜਾ ਜੀ ਵਾਤਾਵਰਨ ਤੇ ਮਾਹੌਲ ਜਿਹੜਾ ਜੀ ਉਹ ਬਣਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੀ ਹੈ। ਯਾਸਿਨ ਮਲਿਕ ਜਿਹੜਾ ਜੀ ਜਿਹੜਾ ਵੱਖਵਾਦੀ ਨੇਤਾ ਜੀ ਉਹਨੇ ਕਸ਼ਮੀਰੀ ਪੰਡਿਤਾਂ ਨੂੰ ਜ਼ਮੀਨ ਦੇਣ ਦਾ ਵਿਰੋਧ ਜਿਹੜਾ ਉਹ ਕੀਤਾ ਸੀਗਾ। ਪਿਛਲੇ ਦਿਨਾਂ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਜੀ ਕਿਸੇ ਨਾ ਕਿਸੇ ਵਾਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੇ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਇੱਕ ਦੂਜੇ ਦੇ ਆਹਮੋ ਸਾਹਮਣੇ ਹੁੰਦੇ ਰਹਿੰਦੇ ਨੇ ਤੇ ਸ਼ਾਇਦ ਇਸ ਮੁੱਦੇ ਦੇ ਉੱਤੇ ਹੁਣ ਇੱਕ ਵਾਰੀ ਫੇਰ ਜਿਹੜੇ ਜੀ ਦੋਨਾਂ ਦੇ ਸਿੰਗ ਫਸਣਗੇ। ਜੀ ਜੀ ਜੀ, ਅਗਲੀ ਗੱਲ ਕਰਦੇ ਹਾਂ, ਤਰਨ ਤਾਰਨ ਤੋਂ ਇੱਕ ਖਬਰ ਆ ਰਹੀ ਹੈ ਜਿੱਥੇ ਕਿ ਦੋ ਅਕਾਲੀ ਧੜਿਆਂ ਦੇ ਵਿੱਚ ਆਪਸ 'ਚ ਗੋਲੀ ਚੱਲੀ ਅਤੇ ਉੱਥੇ ਇੱਕ ਕਰਨਜੀਤ ਸਿੰਘ ਜਿਹੜਾ ਉਸਦੇ ਮਰਨ ਦੀ ਖਬਰ ਆ ਰਹੀ ਹੈ। ਐਕਚੁਅਲੀ
ਜਦੋਂ ਗੋਲੀ ਕਿਤੇ ਚੱਲਦੀ ਹੈ ਨਾ ਜੀ, ਫਿਰ ਇਹ ਜਿਹੜੀ ਦੂਸਰੀ ਤੁਸੀਂ ਗੱਲ ਉਹਦੇ ਨਾਲ ਜੋੜੀ ਆ, ਉਹ ਕਹਿਣ ਦੀ ਲੋੜ ਹੀ ਨਹੀਂ ਹੁੰਦੀ। ਅਕਾਲੀ ਧੜਿਆਂ ਦੇ ਵਿਚਾਲੇ ਜਿਹੜੀ ਅਜੀ ਚੱਲੀ ਹੈ ਜਾਂ ਅਕਾਲੀਆਂ ਨੇ ਗੋਲੀ ਜਿਹੜੀ ਅਜੀ ਉਹ ਚਲਾਈ ਹੈ, ਕਿਉਂਕਿ ਜਿਸ ਕਿਸਮ ਦੀ ਹਉਮੈ ਹੰਕਾਰ ਜਿਹੜਾ ਜੀ ਇੱਥੇ ਸੱਤਾਧਾਰੀ ਧਿਰ ਨੇ ਪੈਦਾ ਕਰਤਾ ਆਪਣੇ ਆਗੂਆਂ ਦੇ ਵਿੱਚ, ਆਪਣੇ ਵਰਕਰਾਂ ਦੇ ਵਿੱਚ, ਪੰਜਾਬ ਸਹੀ ਪੁੱਛੋ ਪੰਜਾਬ ਇਹੋ ਜਿਹਾ ਨਹੀਂ ਸੀ ਹੁੰਦਾ ਜੀ। ਇਹੋ ਜਿਹਾ ਪਿਛਲੇ ਤਕਰੀਬਨ 6-7 ਸਾਲਾਂ ਦੇ ਵਿੱਚ, ਜਾਂ ਇਹ ਕਹਿ ਲਿਆ ਜਾਵੇ ਪਿਛਲੇ 3-4 ਸਾਲਾਂ ਦੇ ਵਿੱਚ ਜਦੋਂ ਦੀ ਸਰਕਾਰ ਰਿਪੀਟ ਹੋਈ ਆ, ਜਿਹੋ ਜਿਹਾ ਇਹ ਜਿਹੜਾ ਜੀ ਪੰਜਾਬ ਬਣਾ ਕੇ ਰੱਖ ਦਿੱਤਾ ਜੀ। ਹਰੇਕ ਬੰਦਾ ਤਾਂ ਡੱਬ ਦੇ ਵਿੱਚ ਜਿਹੜਾ ਜੀ ਉਹ ਪਿਸਤੌਲ ਪਾਈ ਫਿਰਦਾ, ਔਰ ਇਹ ਨਹੀਂ ਪਤਾ ਪੇਸ਼ੈਂਸ ਨਾ ਦੀ ਉਹਨਾਂ ਕੋਲ ਚੀਜ਼ ਕੋਈ ਨਹੀਂ ਕਿ ਕਦੋਂ ਕਿਹਨੇ ਜਿਹੜਾ ਜੀ ਉਹ ਕੱਢ ਲੈਣਾ ਇਹ ਪਿਸਤੌਲ ਤੇ ਕਿਹਦੀ ਹਿੱਕ ਦੇ ਵਿੱਚ ਜਿਹੜਾ ਜੀ ਉਹ ਠੋਕ ਦੇਣਾ। ਬਿਲਕੁਲ ਇਹ ਤਰਨ ਤਾਰਨ ਦੇ ਵਿੱਚ ਜਿਹੜੀ ਇਹ ਗੋਲੀ ਚੱਲੀ ਹੈ, ਪ੍ਰੋਬਲਮ ਮੈਂ ਉਹੀ ਜਿਹੜੀ ਤੁਹਾਨੂੰ ਦੱਸੀ ਆ ਜੀ ਕਿ ਹਉਮੈ ਜਿਹੜੀ ਇਹਨਾਂ ਦੀ ਉਹ ਲੋੜ ਤੋਂ ਜਿਹੜਾ ਜੀ ਜ਼ਿਆਦਾ ਵੱਧ ਗਈ ਹੋਈ ਹੈ। ਜਦੋਂ ਸ਼ਹਿ ਹੋਵੇ ਤੇ ਸ਼ਹਿ ਦੇ ਨਾਲ ਹੀ ਫਿਰ ਇਹ ਸਾਰਾ ਕੁਛ ਜਿਹੜਾ ਨਾ ਜੀ ਚੱਲਦਾ, ਉਹਨਾਂ ਨੂੰ ਪਤਾ ਜਿਹੜਾ ਇੱਕ ਹਲਕਾ ਇੰਚਾਰਜ ਹੈ, ਹਲਕਾ ਇੰਚਾਰਜ ਤਾਂ ਹੈ ਨੀ, ਇਹ ਲੱਲੇ ਦੇ ਪੈਰ ਚ ਬਿੱਲੀ ਵਾਲੇ ਨੇ ਜੀ, ਪੜਕੇ ਹੋਏ ਹੋਏ ਨੇ ਜੀ, ਬਹੁਤੇ ਜਿਹੜੇ ਨੇ। ਸੋ ਇਸ ਕਰਕੇ ਇਹ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ ਰਹਿੰਦਾ ਜੀ। ਜੀ, ਤੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਇਹ ਭਾਈ ਲਾਡੂ ਭਿੱਖੀ ਵਿੰਡ ਦੇ ਲਾਗੇ ਜਿਹੜਾ ਪਿੰਡ ਸੀ ਉੱਥੇ ਹੋਈ ਸੀਗੀ। ਬਲਵੰਤ ਸਿੰਘ ਤੇ ਹਰਪ੍ਰੀਤ ਨਾਂ ਦੇ ਬੰਦਿਆਂ ਦੇ ਜਿਹੜੇ ਦੋ ਗਰੁੱਪ ਸੀ, ਇਹ ਦੋਨੋਂ ਅਕਾਲੀ ਸੀਗੇ, ਇਹਨਾਂ ਦੇ ਆਪਸ 'ਚ ਗੋਲੀ ਚੱਲੀ ਆ। ਅਤੇ ਸਰੋਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ ਜਿਨ੍ਹਾਂ ਦੇ ਬਾਰੇ ਸਾਨੂੰ ਦੱਸ ਰਹੇ ਸੀਗੇ ਬਲਤੇਜ ਪੰਨੂ ਜੀ। ਅਤੇ ਬਲਤੇਜ ਪੰਨੂ ਜੀ, ਜਾਣ ਦਾ ਵੇਲਾ ਹੋ ਗਿਆ, ਪਰ ਉਸ ਤੋਂ ਪਹਿਲਾਂ ਅੱਜ ਨਾਮਾ ਕਿ ਮੁੜ ਕੇ ਲੜੀ ਕ੍ਰਿਕਟ ਦੀ ਹੋਈ ਚਾਲੂ, ਚੌਕੇ ਛੱਕਿਆਂ ਦਾ ਚੱਲਣ ਗੇੜ ਲੱਗਾ ਜੀ। ਮੁੜ ਕੇ ਲੜੀ ਕ੍ਰਿਕਟ ਦੀ ਹੋਈ ਚਾਲੂ, ਚੌਕੇ ਛੱਕਿਆਂ ਦਾ ਚੱਲਣ ਗੇੜ ਲੱਗਾ, ਵਕਤ ਰਹਿੰਦੇ ਮਕਾਉਣੇ ਨੇ ਕੰਮ ਧੰਦੇ, ਫਿਰ ਤੋਂ ਟੀਵੀ ਹੋਣ ਲਈ ਨੇੜ ਲੱਗਾ ਜੀ। ਕੁੱਟੀ ਕੱਲ ਮੁੰਬਈ ਕਲਕੱਤੀਆਂ ਨੇ, ਹੁਣ ਦਿੱਲੀ ਚੇਨਈ ਦਾ ਭੇੜ ਲੱਗਾ, ਧੰਦਾ ਸੱਟੇ ਦਾ ਪਿਆ ਹੈ ਚੱਲ ਓਲੇ, ਉੱਥੇ ਉੱਗਣ ਹੈ ਨੋਟਾਂ ਦਾ ਪੇੜ ਲੱਗਾ ਜੀ। ਫਸਵੀਂ ਟੱਕਰ ਹੈ ਸਾਹਮਣੇ ਹੋਈ ਜਾਂਦੀ, ਸੌਦੇ ਬਾਜ਼ਾਂ ਦਾ ਲੱਗਾ ਪਿਆ ਜ਼ੋਰ ਉਧਰ, ਫਸਵੀਂ ਟੱਕਰ ਹੈ ਸਾਹਮਣੇ ਹੋਈ ਜਾਂਦੀ, ਸੌਦੇ ਬਾਜ਼ਾਂ ਦਾ ਲੱਗਾ ਪਿਆ ਜ਼ੋਰ ਉਧਰ, ਉੱਥੇ ਬੈਟਿੰਗ ਤੇ ਬਾਲਿੰਗ ਹੈ ਹੋਈ ਜਾਂਦੀ, ਅਸਲੀ ਖੇਡ ਰਹੇ, ਅਸਲੀ ਖੇਡ ਹਨ ਖੇਡ ਰਹੇ ਹੋਰ ਉਧਰ ਜੀ। ਜੀ ਜੀ ਜੀ, ਤਾਂ ਸਰੋਤੇ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਛ ਖਬਰਾਂ। ਬਲਤੇਜ ਪੰਨੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ, ਧੰਨਵਾਦ, ਸਤਿ ਸ੍ਰੀ ਅਕਾਲ। ਮਿਹਰਬਾਨੀ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਨਜ਼ਰ ਤੋਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਆ, ਅਤੇ ਮੇਰੇ ਰਾਜਕਰਨਬੀਰ ਸਿੰਘ ਵੱਲੋਂ ਵੀ ਆਪ ਸਭ ਨੂੰ ਹੁਣ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।